ਭੰਗੜਾ ਤੇ ਗਿੱਧਾ ਪੰਜਾਬ ਦਾ ਰਵਾਇਤੀ ਨਾਚ ਅਤੇ ਹਮੇਸ਼ਾ ਹੀ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਗੁਰਦਾਸਪੁਰ 'ਚ ਇੱਕ ਅਜਿਹੀ ਭੰਗੜਾ ਟੀਮ ਜੋ ਸਾਲਾਂ ਤੋਂ ਭੰਗੜਾ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਇਹ ਟੀਮ ਖਾਸ ਇਸ ਲਈ ਹੈ ਕਿਉਂਕਿ ਇਸ ਟੀਮ 'ਚ ਸਾਰੇ ਬਜ਼ੁਰਗ ਹਨ ਅਤੇ ਇਹ ਸਾਰੇ ਉਹ ਹਨ ਜੋ ਕਦੇ ਆਪਣੀ ਜਵਾਨੀ ਵੇਲੇ ਕਾਲਜ 'ਚ ਭੰਗੜਾ ਟੀਮ ਦੇ ਹਿੱਸਾ ਸਨ ਅਤੇ ਉੱਥੇ ਹੀ ਇਹ ਜਿਸ ਵੀ ਸਰਕਾਰੀ ਜਾਂ ਗੈਰ ਸਰਕਾਰੀ ਸਮਾਗਮਾਂ 'ਚ ਪਹੁੰਚ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤਾਂ ਇਹ ਬਾਬੇ ਇੱਕ ਵਾਕੀ ਹੀ ਖਿੱਚ ਦਾ ਕੇਂਦਰ ਬਣੇ ਰਹਿੰਦੇ ਹਨ। ਅਤੇ ਭੰਗੜਾ ਗਰੁੱਪ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਭੰਗੜੇ ਦੀ ਲੰਬੇ ਸਮੇਂ ਤੋਂ ਸਿਖਲਾਈ ਵੀ ਦੇ ਰਹੇ ਹਨ ਅਤੇ ਉਹਨਾਂ ਨੂੰ ਕਦੇ ਨਹੀਂ ਮਹਿਸੂਸ ਹੋਇਆ ਕਿ ਉਹ ਬਜ਼ੁਰਗ ਹਨ, ਉਹ ਅੱਜ ਵੀ ਜਵਾਨ ਹਨ। ਇਸ ਮੌਕੇ ਪ੍ਰੋਫੈਸਰ ਬਲਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕੁਝ ਕਿਹਾ, ਦੇਖੋ ਗੁਰਦਾਸਪੁਰ ਤੋਂ ਲੱਕੀ ਦੀ ਖਾਸ ਰਿਪੋਰਟ। ਮੇਰਾ ਨਾਂ ਜੀ ਪ੍ਰੋਫੈਸਰ ਬਲਵੀਰ ਸਿੰਘ ਕੋਲਾ ਅਤੇ ਅਸੀਂ 39 ਈਅਰ ਕਰੀਬ 39 ਸਾਲਾਂ ਤੋਂ ਭੰਗੜੇ ਦੇ ਨਾਲ ਜੁੜੇ ਹਾਂ ਅਤੇ ਲਗਾਤਾਰ ਜਿਹੜਾ ਭੰਗੜਾ ਉਹਦੇ ਹੱਥੀਂ ਕੰਮ ਕਰ ਰਹੇ ਹਾਂ। ਬੜੇ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਅਤੇ ਹੋਰ ਅਨੇਕਾਂ ਥਾਵਾਂ 'ਤੇ ਕੈਂਪ ਲਾ ਕੇ ਜਿਹੜਾ ਵਾ ਅਸੀਂ ਨੌਜਵਾਨਾਂ ਨੂੰ ਭੰਗੜਾ ਸਿਖਾ ਰਹੇ ਹਾਂ। ਨਾਲ ਦੀ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਵੀ ਇਹਨਾਂ ਨੂੰ ਸੇਧ ਦੇ ਰਹੇ ਹਾਂ ਕਿ ਨਸ਼ਿਆਂ ਤੋਂ ਬਚਣ ਵਾਸਤੇ ਆਪਣੇ ਸਭਿਅਤਾ ਦੇ ਨਾਲ ਜੁੜੋ, ਸੱਭਿਆਚਾਰ ਦੇ ਨਾਲ ਜੁੜੋ ਅਤੇ ਤੁਹਾਡਾ ਧਿਆਨ ਜਿਹੜਾ ਵਾ ਉਹ ਆਪਣੇ ਕਲਚਰ ਦੇ ਨਾਲ ਲੱਗੇ। ਸਰਤਾਜ ਗਾਇਕਾਂ ਦੇ ਖੇਤਰ ਦੇ ਵਿੱਚ ਸਭ ਤੋਂ ਵੱਧ ਪੜ੍ਹਿਆ ਲਿਖਿਆ ਜਿਹੜਾ ਵਾ ਉਹ ਗਾਇਕ ਆ, ਚੋਟੀ ਦਾ ਗਾਇਕ ਵਾ। ਇਹਦੇ ਜਿਹੜੇ ਗਾਣੇ ਆ ਕਰੀਬ ਆਪਣੇ ਆਪੇ ਲਿਖਦਾ ਅਤੇ ਆਪੇ ਬੋਲਦਾ ਵਾ। ਇਹਦੇ ਗਾਣਿਆਂ ਦੇ ਵਿੱਚ ਸਮਾਜ ਨੂੰ ਬੜੀ ਸੇਧ ਮਿਲਦੀ ਆ ਅਤੇ ਇਸ ਗਾਣੇ ਦੇ ਵਿੱਚ ਵੀ ਕਿਤੇ ਨਹੀਂ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਏ ਕਿਧਰੇ। ਇਹਨੇ ਆਖਿਆ ਵੀ ਆਪਣਾ ਜਿਹੜਾ ਵਾ ਹੋਮਿਆਂ ਘਰ ਛੱਡ ਅਤੇ ਜੀਵਨ ਜਿਹੜਾ ਵਾ ਲੋਕਾਂ ਦੇ ਨਾਲ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਗੁਰੂ ਨਾਨਕ ਕਾਲਜ ਤੋਂ ਭੰਗੜੇ ਦਾ ਸਫ਼ਰ ਜਿਹੜਾ ਵਾ ਉਹ 84 'ਚ ਸ਼ੁਰੂ ਕੀਤਾ ਸੀਗਾ ਅਤੇ ਸਾਡੇ ਜਿਹੜਾ ਇਹ ਰੂਹ ਦੀ ਖੁਰਾਕ ਵਾ, ਦਿਲ ਦਾ ਸ਼ੌਂਕ ਵਾ ਅਤੇ ਆਪਣੇ ਸ਼ੌਂਕ ਦੇ ਨਾਲ ਜੁੜੇ। ਇਹ ਉਮਰ 'ਚ ਵੀ ਆਪਣੇ ਆਪ ਨੂੰ ਅਸੀਂ ਜਵਾਨ ਸਮਝਦੇ ਹਾਂ ਅਤੇ ਭੰਗੜੇ ਪਾ ਰਹੇ ਹਾਂ ਅਤੇ ਸਾਡੇ ਜਿਹੜੇ ਨਾਲ ਦੇ ਉਹ ਵੀ ਭੰਗੜੇ ਪਾ ਰਹੇ ਨੇ। ਕਰੀਬ ਕਰੀਬ 500 ਤੋਂ 700 ਦੇ ਲਾਗੇ ਚਾਗੇ ਅਸੀਂ ਜਿਹੜੇ ਆਪਣੇ ਤੁਹਾਡੇ ਜ਼ਰੀਏ, ਤੁਹਾਡੇ ਮੀਡੀਆ ਦੇ ਜ਼ਰੀਏ ਆਪਣੀ ਇਹ ਗੱਲ ਜਿਹੜੀ ਆ ਨਾ ਉਹ ਗੀਤਕਾਰਾਂ ਤੱਕ ਅਤੇ ਗਾਇਕਾਂ ਤੱਕ ਪਹੁੰਚਾਉਣੀ ਚਾਹੁੰਦਾ ਵਾਂ ਕਿ ਨੌਜਵਾਨ ਪੀੜ੍ਹੀ ਜਿਹੜੀ ਸਭ ਤੋਂ ਵੱਧ ਜਿਹੜੀ ਉਹ ਗਾਇਕਾਂ ਦੇ ਨਾਲ ਜੁੜੀ ਆ। ਜੇ ਗਾਇਕ ਜਿਹੜੇ ਨੇ ਉਹ ਗੀਤ ਉਸਾਰੂ ਸਮਾਜ ਨੂੰ ਸੇਧ ਦੇਣ ਵਾਲੇ ਗਾਉਣ ਅਤੇ ਬੜੀ ਛੇਤੀ ਇਹ ਸਮਾਜ ਨੂੰ ਜਿਹੜਾ ਉਹ ਬਦਲ ਸਕਦੇ ਨੇ। ਇਹਨਾਂ ਦੇ ਵਿੱਚ ਇਹ ਜਿਹੜੀ ਇੱਕ ਸ਼ਕਤੀ ਆ ਆਪਣੀ ਸ਼ਕਤੀ ਨੂੰ ਪਛਾਣਨ ਅਤੇ ਆਪਣੇ ਸਮਾਜ ਨੂੰ, ਪੰਜਾਬ ਨੂੰ ਜਿਹੜਾ ਵਾ ਨਾ ਉਹ ਰੰਗਲਾ ਬਣਾਉਣ ਦੇ ਵਿੱਚ ਮਦਦ ਕਰਨ। ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਪ੍ਰੋਫੈਸਰ ਬਲਵੀਰ ਸਿੰਘ ਕੋਲਾ, ਗੁਰੂ ਨਾਨਕ ਕਾਲਜ ਮੈਂ ਜਿਹੜਾ ਵਾ ਉਹ ਪ੍ਰੋਫੈਸਰ ਲੱਗਾ ਰਿਹਾ। ਗਰੁੱਪ ਦਾ ਕੀ ਨਾਮ? ਸਾਡੇ ਗਰੁੱਪ ਦਾ ਨਾਮ ਜਿਹੜਾ ਵਾ ਸ਼ੇਰੇ ਪੰਜਾਬ ਕਲਚਰ ਪ੍ਰਮੋਸ਼ਨ ਕੌਂਸਲ ਪੰਜਾਬ ਆ, ਜਿਹੜਾ ਕਿ 39 ਸਾਲ ਤੋਂ ਜਿਹੜਾ ਉਹ ਕੰਮ ਕਰਦਾ ਆ ਰਿਹਾ। ਸਰ ਜਿਹੜਾ ਗਰੁੱਪ ਆ ਜ਼ਿਲ੍ਹਾ ਗੁਰਦਾਸਪੁਰ ਤੇ ਸਾਰੇ ਗਰੁੱਪ ਦੇ ਵਿੱਚ ਕਿ ਬਾੜਦੇ, ਮਤਲਬ ਜ਼ਿਆਦਾ ਜਿਹੜੇ ਆ ਸਾਡੇ ਗੁਰੂ ਨਾਨਕ ਕਾਲਜ ਦੀ ਸਟੇਜ ਦੇ ਨਾਲ ਜਿਹੜੇ ਭੰਗੜੇ ਦੇ ਨਾਲ ਜੁੜੇ ਸੀ, ਜਿਹੜੇ ਸਾਡੇ ਕੋਲ ਭੰਗੜਾ ਸਿੱਖਿਆ ਵਾ ਸਾਡੇ ਨਾਲ ਜੁੜੇ ਨੇ, ਉਹ ਹੀ ਇਹਦੇ ਮੈਂਬਰ ਬਣੇ ਨੇ ਅਤੇ ਉਹ ਹੀ ਅੱਗੇ ਵੱਧ ਰਹੇ ਨੇ। ਹੁਣ ਉਹਨਾਂ ਨੂੰ ਵੇਖ ਕੇ ਹੋਰ ਵੀ ਲੋਕ ਜਿਹੜੇ ਨੇ ਉਹ ਮੈਂਬਰ ਬਣਨ ਵਾਸਤੇ ਸਾਡੇ ਨਾਲ ਸੰਪਰਕ ਕਰਦੇ ਆ ਅਤੇ ਮੈਂਬਰ ਬਣ ਰਹੇ ਆ, ਸਾਡੀ ਮੈਂਬਰਸ਼ਿਪ ਜਿਹੜੀ ਉਹ ਵੱਧ ਰਹੀ ਆ।